ਬੇਬੇ ਜੀ ਤੁਹਾਡਾ ਨਾਮ ਹੈ ਸਰਜੀਤ ਕੌਰ ਉਮਰ ਕਿੰਨੀ ਹੈ ਤੁਹਾਡੀ ਬੇਬੇ ਜੀ 60 ਸਾਲ ਦੀ ਅੱਛਾ 60 ਸਾਲ ਤੁਹਾਡੀ ਉਮਰ ਹੈ ਔਰ ਆਪ ਕਾ ਵੋ ਜੋ ਜਹਾਂ ਸੇ ਗਿਰ ਰਹੀ ਹੈ ਫਲਾਈ ਐਸ਼ ਹੋ ਰਹਾ ਹੈ ਜੋ ਵੋ ਜੋ ਉੱਪਰ ਸੇ ਰਾਖ ਗਿਰ ਰਹੀ ਹੈ ਉਸ ਸੇ ਆਪਕੋ ਕਿਆ 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 ਪ੍ਰੋਬਲਮ ਹੈ ਧੂਆ ਪੈਂਦਾ ਹੈ ਇੱਕ ਅੱਖਾਂ ਮੱਚਦੀਆਂ ਨੇ ਅੱਛਾ ਜੀ ਅੱਖਾਂ ਮੱਚਦੀਆਂ ਨੇ ਬਾਕੀ ਦਰਦ ਹੁੰਦਾ ਰਹਿੰਦਾ ਠੀਕ ਹੈ ਜੀ ਅੱਛਾ ਦਰਦ ਕਿੱਥੇ ਹੁੰਦਾ ਹੈ ਦਰਦ ਆ ਇੱਥੇ ਚੈਸਟ 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 ਪੇਨ ਹੁੰਦੀ ਹੈ ਤਾਂ ਹਾਂ ਹਾਂ ਇੱਥੇ ਵੀ ਦਰਦ ਹੁੰਦਾ ਅੱਖਾਂ 'ਚ ਵੀ ਪ੍ਰੋਬਲਮ ਆ ਰਹੀ ਹੈ ਅੱਖਾਂ 'ਚ ਵੀ ਇੱਥੇ ਵੀ ਹੁੰਦਾ ਪੇਟ 'ਚ ਵੀ ਦਰਦ ਹਾਂ ਸਟਮਕ 'ਚ ਪੇਨ ਵੀ ਹੈ ਹਾਂ ਹਾਂ ਤੇ ਦੂਸਰੀ ਗੱਲ ਇਹ ਕਿ ਤੁਹਾਨੂੰ ਜਦੋਂ ਇਹ ਦਰਦ ਵਗੈਰਾ ਹੋ ਰਿਹਾ ਹੈ ਤੇ ਇੱਥੇ ਕੋਈ ਤੁਹਾਨੂੰ ਦਵਾਈਆਂ ਵਗੈਰਾ ਨਾ ਦਵਾਈ ਕੋਈ ਇੱਥੇ ਕੋਈ ਨਹੀਂ ਭਾਈ ਉੱਥੇ ਮੰਡੀ ਜਾਂਦੇ ਹਾਂ ਮਾਨਸਾ ਜਾਂਦੇ ਹਾਂ ਮੌੜ ਜਾਂਦੇ ਹਾਂ ਜਾਂ ਤਲਵੰਡੀ ਜਾਂਦੇ ਹਾਂ ਰਾਤ ਕੋ ਜਬ ਹਵਾ ਹਵਾ ਚਲਤੀ ਹੈ ਤੋ ਗੰਦੀ ਗੰਦੀ ਸਮੈਲ ਵੀ ਆ ਰਹੀ ਹੈ ਲਿਫਾਫੇ ਮੱਚੀ ਜਾਂਦੇ ਨੇ ਠੀਕ ਹੈ ਆਪਕਾ ਕੋਈ ਇਸ ਪਲਾਂਟ ਮੇ ਜੋਬ ਨੌਕਰੀ ਕਰ ਰਹਾ ਹੈ ਆਪਕਾ ਬੇਟਾ ਆਪਕਾ ਪੋਤਾ ਪੋਤਾ ਜਾਂਦਾ ਹੈ ਉਸਕੋ ਵੀ ਪ੍ਰੋਬਲਮ ਆ ਰਹਾ ਹੈ ਕੋਈ ਪਰਿਵਾਰ ਮੇ ਕਿਸੀ ਔਰ ਕੋ ਲੱਤ ਦੁਖਦੀ ਹੈ ਅੱਛਾ ਉਸਕੀ ਲੈਗ ਪੇਨ ਹੈ ਔਰ ਪਰਿਵਾਰ ਮੇ ਕਿਸੀ ਔਰ ਕੋ ਕੋਈ ਪ੍ਰੋਬਲਮ ਹੈ ਕੋਈ ਸਮੱਸਿਆ ਹੈ ਭਾਈ ਉਹ ਮੇਰਾ ਮੁੰਡੇ ਦੇ ਆਪ ਹੀ ਹੈ ਆਪ ਉਹਨੂੰ ਸ਼ੂਗਰ ਹੈ ਮੇਰੇ ਪੁੱਤ ਨੂੰ ਆਪਕੇ ਬੇਟੇ ਕੋ ਪ੍ਰੋਬਲਮ ਹੋ ਰਹੀ ਹੈ ਹਾਂ ਬਠ ਕੇ ਸ਼ੂਗਰ ਹੈ ਨਾ ਇੱਥੇ ਦਰਦ ਹੁੰਦਾ ਹੈ ਔਰ ਚੈਸਟ ਪੇਨ ਵੀ ਹੋ ਰਹੀ ਹੈ ਹਾਂ ਆਪਕੋ ਕੀ ਲੱਗਤਾ ਹੈ ਕਿ ਇਸਕੀ ਵਜ੍ਹਾ ਸੇ ਕੁਛ ਬਿਮਾਰੀਆਂ ਵੱਧ ਰਹੀਆਂ ਹਾਂ ਇਹਦੀ ਵਜ੍ਹਾ ਹੀ ਵਧੀਆਂ ਨੇ ਪੁੱਤ ਦਵਾ ਹੈ ਦੇਖੋ ਉਹ ਹੁੰਦਾ ਨਾ ਜਦੋਂ ਇਸਕੀ ਵਧੀਆਂ ਨੇ ਬਿਮਾਰੀਆਂ ਜ਼ਿਆਦਾ ਆਪਕੇ ਕਹਿਣ ਦਾ ਮਤਲਬ ਇਹ ਜਹਾਂ ਪਲਾਂਟ ਲੱਗਣੇ ਕੀ ਵਜ੍ਹਾ ਸੇ ਪੋਲੂਸ਼ਨ ਵੱਧ ਗਿਆ ਔਰ ਪੋਲੂਸ਼ਨ ਲੱਗਣ ਦੀ ਵਜ੍ਹਾ ਸੇ ਬਿਮਾਰੀਆਂ ਵੱਧ ਗਈਆਂ ਹਾਂ ਹਾਂ ਬਿਮਾਰੀਆਂ ਵੱਧ ਗਈਆਂ ਇਹਦੇ ਨਾਲ ਕਿਉਂ ਹਰ ਵਕਤ ਧੂਆਂ ਹੈ ਲੋਕੋ ਲਿਫਾਫੇ ਮਚਾਉਂਦਾ ਕੋਈ ਕੁਛ ਕਰਦਾ ਇਸ ਪਲਾਂਟ ਕੀ ਤਰਫ ਸੇ ਕਭੀ ਕੋਈ ਐਸਾ ਹੁਆ ਹੈ ਕਿ ਫਰੀ ਮੇ ਕੋਈ ਮੈਡੀਕਲ ਫੈਸਿਲਿਟੀ ਦੀ ਗਈ ਹੋ ਕਭੀ ਕੋਈ ਕਿਸੇ ਵੀ ਕਿਸਮ ਕੀ ਦਵਾ ਦੀ ਗਈ ਹੈ ਦਵਾਈ ਚੰਗੀ ਗੱਲ ਹੈ ਭਾਈ ਜੇ ਕੋਈ ਬਣ ਜੇ ਦਵਾਈ ਇੱਥੇ ਫਰੀ ਲੇਕਿਨ ਮਿਲ ਨਹੀਂ ਰਹੀ ਹਾਂ ਨਹੀਂ ਮਿਲ ਰਹੀ ਜੇ ਕੋਈ ਬਣ ਜੇ ਦਵਾਈ ਅੱਛੀ ਗੱਲ ਹੈ ਹੁਣ ਕੁਛ ਨਹੀਂ ਅਭੀ 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 ਕੁਛ ਮਿਲ ਰਿਹਾ ਹੈ ਜਾਂ ਨਹੀਂ ਨਾ ਨਾ ਅਭੀ ਕੁਛ ਨਹੀਂ ਅਭੀ ਕੁਛ ਨਹੀਂ ਨਾ ਅਭੀ ਕੁਛ ਨਾ ਕੋਈ ਇੱਥੇ ਸਰਕਾਰੀ ਹਸਪਤਾਲ ਹੈ ਨਾ ਕੋਈ ਉਹ ਸਰਕਾਰੀ ਦਵਾਈ ਮਿਲਦੀ ਹੈ ਕੋਈ ਵਾਸਤਾ ਨਹੀਂ ਮੌੜ ਮਾਨਸਾ ਜਾਂਦੇ ਹਾਂ ਸ਼ਹਿਰ ਮੇ ਸਿਟੀ ਮੇ ਜਾਣਾ ਪੜਤਾ ਹੈ ਸ਼ਹਿਰ ਚ ਜਾਣਾ ਪੈਂਦਾ ਕਿਤੇ 10-20 ਕੋਸ ਵਤ ਮਿਲਤੇ ਫਿਰ ਜਾਣਾ ਪੈਂਦਾ ਫਿਰ ਕੋਈ ਦਵਾਈ ਲਿਆਉਣੀ ਪੈਂਦੀ ਹੈ ਕੱਲ ਗਏ ਸੀ ਮਾਨਸਾ ਦਵਾਈ ਲੈ ਕੇ ਆਏ ਆਹ ਛਾਤੀ ਦੁਖਦੀ ਹੈ ਆਹ ਉਰੇ ਦਰਦ ਹੈ ਇਸਕੇ ਅੱਜ ਗੁੰਮੀ ਸੀ ਹੈ ਇਸ ਕਾ ਲਿਆਈ ਦਵਾਈ ਕੱਲ ਆਹ ਛੋਰੀ ਨੂੰ ਨਾਲ ਲੈ ਕੇ ਗਈ ਮੇਰੀ ਪੋਤੀ ਹੈ ਬੇਟੇ ਅਮਰੀਕ ਦੀ ਬੇਟੀ ਹੈ ਕੇ ਫਿਰ ਜਾ ਕੇ ਮੌੜਾਂ ਨੂੰ ਮਾਨਸਾ ਤੋਂ ਲਿਆਏ ਦਵਾਈ ਤਾਂ ਜਾ ਕੇ ਹੁਣ ਅੱਜ ਵੜ ਜੋ ਖੜੇ ਹੋਏ ਹੈ ਅੱਛਾ ਅੱਛਾ ਹਾਂ ਅਤੇ ਦਵਾਈ ਅੱਜ ਵੀ ਉੱਥੇ ਗਾਂਵ 'ਚ ਜਾਣਾ ਸੀ ਜਾਇਆ ਨਹੀਂ ਗਿਆ ਜੀ ਓਕੇ ਹਾਂ ਦਰਦ ਹੁੰਦੇ ਦਰਦ ਤਾਂ ਲੱਤਾਂ ਲੁੱਤਾਂ 'ਚ ਹੁੰਦੇ ਚੱਲ ਕੁਛ ਬੁੜੇਪੇ ਦਾ ਲਾ ਲੈ ਬੇਟੇ ਕੁਛ ਕਿਵੇਂ ਲਾ ਲੈ ਫਿਰ ਐਂ ਵੀ ਜੇ ਪੋਲਿੰਗ ਹੈਗੀ ਆ ਫਿਰ ਹੀ ਦਰਦ ਹੁੰਦਾ ਚਲੋ ਪ੍ਰੋਬਲਮ ਹੈ ਹਾਂ ਫਿਰ ਹੀ ਹੁੰਦਾ ਦਰਦ ਓਕੇ ਓਕੇ ਹਾਂ ਠੀਕ ਹੈ ਭਾਈ